ਅਮਲੋ ਦੇ ਨਾਭਰ ਰੋਡ ਤੇ ਸਥਿਤ ਬਾਜੀਗਰ ਬਸਤੀ ਤੋਂ ਇੱਕ 10 ਤੋਂ 12 ਸਾਲ ਦੇ ਕਰੀਬ ਬੱਚੀ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਦੋਸ਼ੀ ਆਪਣੇ ਇਸ ਇਰਾਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਮਿਲੀ ਜਾਣਕਾਰੀ ਅਨੁਸਾਰ ਇਹ ਬੱਚੀ ਆਪਣੀ ਦਾਦੀ ਨਾਲ ਬਾਹਰ ਰੋਡ ਤੇ ਮੌਜੂਦ ਸੀ ਕਿ ਕੁਝ ਨੌਜਵਾਨਾਂ ਵੱਲੋਂ ਖਿੱਚ ਕੇ ਬੱਚੀ ਨੂੰ ਗੱਡੀ ਵਿੱਚ ਬਿਠਾ ਲਿਆ ਗਿਆ, ਜਿਸ ਤੋਂ ਬਾਅਦ ਬੱਚੀ ਦੇ ਪਰਿਵਾਰਕ ਮੈਂਬਰ ਨੇ ਗੱਡੀ ਦਾ ਪਿੱਛਾ ਕਰਦੇ ਹੋਏ ਮੰਡੀ ਗੋਬਿੰਦਗੜ੍ਹ ਰੋਡ ਤੋਂ ਦੇਸ਼ ਭਗਤ ਯੂਨੀਵਰਸਿਟੀ ਦੇ ਨੇੜੇ ਬੱਚੀ ਨੂੰ ਅਗਵਾ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਮੌਕੇ ਤੇ ਮੌਜੂਦ ਬੱਚੀ ਦੇ ਚਾਚੇ ਨੇ ਦੱਸਿਆ ਕਿ ਜਦੋਂ ਉਹਨਾਂ ਵੱਲੋਂ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਤੇ ਦੋਸ਼ੀਆਂ ਨੇ ਜਾਨਲੇਵਾ ਹਮਲਾ ਕੀਤਾ। ਇਸ ਮਾਮਲੇ ਵਿੱਚ ਉਹ ਜ਼ਖਮੀ ਹੋ ਗਏ ਜੋ ਹੁਣ ਹਸਪੀਟਲ ਦੇ ਵਿੱਚ ਇਲਾਜ ਅਧੀਨ ਹਨ। ਇਸ ਮੌਕੇ ਉਹਨਾਂ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ, ਆਓ ਜਾਣਦੇ ਹਾਂ। ਬੀਰੂ ਰਾਮ ਕੁਆਰੀ ਆ, ਅਸੀਂ ਸਾਨੂੰ ਟੈਰਾਂ ਵਾਲੇ ਦਾ ਪਤਾ ਲੱਗਿਆ ਵੀ ਤੁਹਾਡੀ ਕੁੜੀ ਇੱਧਰ ਆਈ ਹੋਈ ਆ, ਅਸੀਂ ਉੱਥੋਂ ਫਿਰ ਭੱਜੇ ਆ ਵੀ ਅਜੇ ਕੁੜੀ ਦਾਦੀ ਦੇ ਨਾਲ ਆਈ ਆ ਦੁੱਧ ਲੈਣ ਵਾਸਤੇ, ਉੱਥੋਂ ਮੁੜ ਕੇ ਕੁੜੀ ਲੱਗੀ। ਕੁੜੀਆਂ ਬੱਚੇ ਪੜ੍ਹਨ ਜਾਂਦੇ ਸਭ ਦੇ ਜਾਂਦੇ ਨੇ। ਕਿੰਨੀ ਉਮਰ ਦੇ ਬੱਚੇ ਦੀ? ਉਮਰ ਦੇ ਖਿਆਲ ਹੋਊਗੀ 10-12 ਸਾਲ ਦੀ ਹੋਊਗੀ। ਇੰਨੇ ਕੁ ਸਾਲ ਦੀ ਲਾ ਕੇ ਚੱਲਦੇ ਆਪਾਂ, ਹੁਣ ਮੇਰੀ ਕੁੜੀ 14 ਸਾਲ ਦੀ ਪੜ੍ਹਦੀ ਆ, ਹੁਣ ਮੇਰੀ ਅੱਧੇ ਆ। ਮੰਗ ਕੀ ਕਰਦੇ ਆ ਵੀ ਸਾਡੇ ਕੋਲ ਬੰਦੇ ਫੜੇ ਜਾਣ, ਸਬੂਤ ਕਰੇ ਜਾਣ ਵੀ ਕਿੱਥੋਂ ਦੇ ਬੰਦੇ ਨੇ, ਕੀ ਕਰਦੇ ਅਤੇ ਕੀ ਨਹੀਂ ਕਰਦੇ, ਸਾਨੂੰ ਇਹ ਬੰਦਾ ਸਬੂਤ ਹੋਣਾ ਚਾਹੀਦਾ। ਹਸਨ ਸਿੰਘ ਹੈ ਜੀ ਮੇਰਾ ਨਾਮ। ਇਹ ਮੈਂ ਨਾ ਆਪਣੀ ਦੁਕਾਨ 'ਤੇ ਬਾਹਰ ਉੱਥੇ ਖੜ੍ਹਾ ਸੀਗਾ ਅਤੇ ਇੱਕ ਵਰਨਾ ਮੇਰੀ ਭਤੀਜੀ ਰੋਡ 'ਤੇ ਖੜ੍ਹੀ ਸੀਗੀ, ਉਹ ਰੋਡ ਕ੍ਰੋਸ ਕਰਨਾ ਸੀਗਾ ਉਹਨੇ ਮੇਰੀ ਮਾਤਾ ਨਾਲ, ਮੇਰੀ ਮਾਤਾ ਅੱਗੇ ਲੰਘ ਗਈ ਅਤੇ ਭਤੀਜੀ ਮੇਰੀ ਖੜ੍ਹੀ ਸੀਗੀ ਉੱਥੇ ਅਤੇ ਉੱਥੋਂ ਪਿੱਛੋਂ ਇੱਕ ਵਰਨਾ ਗੱਡੀ ਆਈ ਹੈਗੀ ਆ, ਵਰਨਾ ਗੱਡੀ ਆ ਕੇ ਖੜ੍ਹੀ ਹੈ। ਮੈਨੂੰ ਲੱਗਿਆ ਕਿਤੇ ਕੋਈ ਗਾਹਕ ਆਇਆ ਦੁਕਾਨ 'ਤੇ, ਤਾਂ ਮੈਂ ਜਦੋਂ ਦੇਖਣ ਲੱਗਿਆ ਤਾਂ ਉਹਨਾਂ ਨੇ ਕੁੜੀ ਨੂੰ ਗੱਡੀ 'ਚ ਖਿੱਚ ਕੇ ਬਿਠਾ ਲਿਆ ਅਤੇ ਮੈਂ ਜਦੋਂ ਭੱਜ ਕੇ ਅੱਗੇ ਹੋਇਆ ਤਾਂ ਉਹਨਾਂ ਨੇ ਗੱਡੀ ਮੇਰੇ 'ਤੇ ਅਟੈਕ ਕਰਤਾ ਗੱਡੀ ਨਾਲ, ਤਾਂ ਉਹਨੇ ਨੂੰ ਟਾਕੀ ਖੋਲ੍ਹ ਕੇ ਮੈਂ ਬੰਦਾ ਫੜ ਲਿਆ ਉਹ, ਤਾਂ ਮੈਨੂੰ ਨਾਲ ਘੜੀਸ ਕੇ ਲੈ ਗਿਆ ਗੱਡੀ 'ਤੇ ਉਹ, ਮੇਰੇ 'ਤੇ ਵੀ ਮਤਲਬ ਉਹਨੇ ਜਾਨੋਂ ਮਾਰਨ ਦੀ ਨੀਤ ਨਾਲ ਅਟੈਕ ਕੀਤਾ ਗੱਡੀ ਨਾਲੇ ਅਤੇ ਉਸ ਤੋਂ ਬਾਅਦ ਉਹ ਗੱਡੀ ਭਜਾ ਕੇ ਗੋਬਿੰਦਗੜ੍ਹ ਵਾਲੀ ਸਾਈਡ ਨੂੰ ਭੱਜੇ ਨੇ ਬੰਦੇ, 3 ਬੰਦੇ ਸੀਗੇ। ਇਹ ਅਸੀਂ ਦੇਸ਼ ਭਗਤ ਕਾਲਜ ਦੇ ਉਰਲੀ ਸਾਈਡ ਕਾਬੂ ਕਰੇ ਨੇ ਜੀ, ਦੇਸ਼ ਭਗਤ ਦੇ ਨਾਲ ਉਹ। ਹਾਂਜੀ ਹਾਂ, ਮੇਰਾ ਭਤੀਜਾ ਫਿਰ ਮੇਰੇ ਨਾਲ ਪਿੱਛੋਂ ਬੁਲਟ ਮੋਟਰਸਾਈਕਲ ਲੈ ਕੇ ਆਇਆ ਜਦੋਂ, ਤਾਂ ਅਸੀਂ ਇਹਨਾਂ ਦੇ ਪਿੱਛੇ ਮੋਟਰਸਾਈਕਲ ਲਾ ਕੇ ਇਹਨਾਂ ਦੇ ਪਿੱਛੇ ਭੱਜ ਲਏ। ਗੱਡੀ ਇਹ ਉੱਥੇ ਬੱਚੀ ਨੂੰ ਲਾ ਕੇ ਗਏ, ਭੱਜਣ ਲੱਗੇ ਸੀ ਉੱਥੋਂ ਦੇਸ਼ ਭਗਤ ਕਾਲਜ ਕੋਲ, ਦੇਸ਼ ਭਗਤ ਕਾਲਜ ਦੇ ਉਰਲੀ ਸਾਈਡ ਗੱਡੀ ਲਾ ਕੇ ਇਹ ਗੱਡੀ ਵੀ ਉੱਥੇ ਦੇਖਣ ਲੱਗ ਗਿਆ ਇੱਕ ਬੰਦਾ ਉਤਰ ਕੇ। 3 ਕੁ ਬੰਦੇ ਸੀ ਇਹ, 2 ਬੰਦੇ ਸ਼ਾਇਦ ਮੈਨੂੰ ਲੱਗਦਾ ਫੜੇ ਨੇ, ਕਿਉਂਕਿ ਮੈਂ ਉਸ ਤੋਂ ਬਾਅਦ ਇੱਕ ਬੰਦਾ ਦਾ ਅਸੀਂ ਉੱਥੇ ਪੁਲਿਸ ਵਾਲੇ ਆ ਕੇ ਜਦੋਂ ਇਨਫੋਰਮ ਕਰਤਾ ਉਹਨਾਂ ਨੂੰ, ਉਹਨਾਂ ਨੇ ਅਰੈਸਟ ਕਰ ਲਿਆ ਅਤੇ ਉਹ ਇੱਕ ਬੰਦਾ ਫਿਰ ਮੈਂ ਹੋਸਪਿਟਲ ਆ ਗਿਆ ਸੀਗਾ। ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਵੀ ਇਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਇੱਦਾਂ ਦੇ ਜਿਹੜੇ ਲੋਕ ਹੈਗੇ ਨੇ ਇੱਦਾਂ ਦੀਆਂ ਵਾਰਦਾਤਾਂ ਕਰਦੇ ਨੇ ਵੀ ਉਹਨਾਂ ਤੋਂ ਹੋਰ ਲੋਕਾਂ ਨੂੰ ਵੀ ਰਾਹਤ ਮਿਲੇ, ਵੀ ਇਹੋ ਜਿਹੇ ਲੋਕਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ। ਸਾਡੇ ਕੋਲ 112 ਹੈਲਪਲਾਈਨ ਤੋਂ ਇੱਕ ਕੰਪਲੇਂਟ ਰਿਸੀਵ ਹੋਈ ਸੀਗੀ, ਰਾਜਾ ਰਾਮ ਵੱਲੋਂ ਕੋਈ ਕੰਪਲੇਂਟ ਕੀਤੀ ਗਈ ਸੀ ਕਿ ਇੱਕ ਲੜਕੀ ਹੈ ਰਮਨਪ੍ਰੀਤ ਕੌਰ ਨਾਂ ਦੀ, ਉਹਨੂੰ ਕਿਸੇ ਨੌਜਵਾਨਾਂ ਨੇ ਜਿਹੜਾ ਹੈ ਕਿਡਨੈਪ ਕੀਤਾ। ਮੌਕੇ 'ਤੇ ਜਾ ਕੇ ਪੁਲਿਸ ਨੇ ਜਿਹੜੀ ਹੈਗੀ ਹੈ ਕਾਰਵਾਈ ਕਰ ਰਹੀ ਹੈ, ਜਿਹੜੀ ਲੜਕੀ ਹੈ ਉਹ ਵਾਰਸਾਂ ਦੇ ਕੋਲ ਆ ਅਤੇ ਜਿਹੜੀ ਮਾਮਲੇ ਦੀ ਪੜਤਾਲ ਉਹ ਚੱਲ ਰਹੀ ਹੈ, ਜੋ ਵੀ ਵਾਰਸਾਂ ਵੱਲੋਂ ਸਟੇਟਮੈਂਟ ਲਿਖਾਈ ਜਾਊਗੀ ਅਕੋਰਡਿੰਗ ਟੂ ਸਟੇਟਮੈਂਟ, ਜੋ ਵੀ ਐਜ਼ ਪਰ ਲਾ ਕਾਰਵਾਈ ਬਣਦੀ ਹੈ ਉਹ।